ਦੋਸਤੋ ਹਾਜ਼ਰ ਇੱਕ ਹੋਰ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖਿਆਨ ਪਲਗ ਦੀ ਅੱਜ ਦੀਸ ਬਹੁਤ ਹੀ ਮਹੱਤਵਪੂਰਨ ਰਿਪੋਰਟ ਵਿੱਚ ਮੈਂ ਇੱਕ ਵਾਰ ਫੇਰ ਗੱਲ ਕਰਨੀ ਹੈ ਸਾਲ 2007 ਦੇ ਪੋਸ਼ਾਕ ਕਾਂਡ ਨਾਲ ਜੁੜੇ ਹੋਏ ਅਪਰਾਧਿਕ ਮੁਕੱਦਮੇ ਦੀ ਦੋਸਤੋ ਇਸ ਵਿਸ਼ੇ ਉੱਤੇ ਮੈਂ ਇੱਕ ਬਹੁਤ ਹੀ ਵਿਰਵੇ ਸਹਿਤ ਰਿਪੋਰਟ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਬਣਾਈ ਸੀ ਜਿਸ ਵਿੱਚ ਮੈਂ ਤਫਸੀਲ ਦੇ ਨਾਲੇ ਜਾਣਕਾਰੀ ਦਿੱਤੀ ਸੀ ਕਿ 2007 ਤੋਂ ਲੈ ਕੇ 2014 ਤੱਕ ਦਾ ਉਹ ਘਟਨਾਕ੍ਰਮ ਕੀ ਸੀ ਜਿਸ ਤਹਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਬਾਸ ਉਹਨਾਂ ਦੀ ਪੋਸ਼ਾਕ ਪਾ ਕੇ ਉਹਨਾਂ ਦੀ ਨਕਲ ਉਤਾਰਨ ਵਾਲੇ ਡੇਰੇ ਸੱਚੇ ਸੌਦੇ ਦੇ ਬੁਖੀ ਗੁਰਮੀਤ RAM ਰਹੀਮ ਨੇ ਸਲਾਬਤਪੁਰਾ ਦੇ ਡੇਰੇ ਵਿਖੇ ਜੋ ਗਤੀਵਿਧੀ ਮਈ 2007 ਦੇ ਵਿੱਚ ਅੰਜਾਮ ਦਿੱਤੀ ਉਸ ਤੋਂ ਬਾਅਦ ਫੌਜਦਾਰੀ ਦਾ ਇੱਕ ਮੁਕੱਦਮਾ ਦਰਜ ਹੋਇਆ ਜਿਸ ਨੂੰ 5 ਸਾਲ ਬਾਅਦ 25 ਜਨਵਰੀ 2012 ਨੂੰ ਰੱਦ ਕਰਤਾ ਗਿਆ। ਇਹ ਕੈنسਲੇਸ਼ਨ ਰਿਪੋਰਟ ਕੋਤਵਾਲੀ ਬਠਿੰਡਾ ਥਾਣੇ ਦੇ ਪੁਲਿਸ ਅਫਸਰਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਲਾਹ مشورے ਤੋਂ ਬਾਅਦ داخل ਕੀਤੀ ਤੇ ਇਸ ਕੈنسਲੇਸ਼ਨ ਰਿਪੋਰਟ ਨੂੰ ਆਉਣ ਵਾਲੇ ਕੁਝ ਸਾਲਾਂ یعنی ਕਿ 2012 ਤੋਂ 2014 ਦੇ ਸਾਲਾਂ ਦਰਮਿਆਨ ਤਿੰਨ ਹੇਠਲੀਆਂ ਅਦਾਲਤਾਂ ਦੋ ਚੀਫ ਜੁਡੀਸ਼ੀਅਲ ਮੈਜਿਸਟਰੇਟ ਬਠਿੰਡਾ ਅਤੇ ਇੱਕ ਐਡੀਸ਼ਨਲ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਨੇ ਖਾਰਜ ਕੀਤਾ ਯਾਨੀ ਕਿ ਇਸ ਕੈنسਲੇਸ਼ਨ ਰਿਪੋਰਟ ਦੀ ਵਿਰੋਧਤਾ ਕੀਤੀ ਪ੍ਰਵੋਧਤਾ ਕੀਤੀ ਕਿ ਇਸ ਮਾਮਲੇ ਦੇ ਵਿੱਚ ਲੋੜਿੰਦੇ ਸਬੂਤ ਲੋੜਿੰਦੇ ਐਵੀਡੈਂਸ ਅਵੇਲੇਬਲ ਹੋਣ ਕਾਰਨ ਗੁਰਮੀਤ ਰਾਮ ਰਹੀਮ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਝੋਟ ਪਹਚਾਣ ਦਾ ਉਹ ਜਿਹੜਾ ਮੁਕਦਮਾ ਮਈ 2007 ਦੇ ਵਿੱਚ ਦਰਜ ਕੀਤਾ ਗਿਆ ਸੀ ਜਿਸ ਲਈ ਸੈਂਕਸ਼ਨ ਉਸ ਵਕਤ ਪੰਜਾਬ ਦੇ ਰਾਜਪਾਲ ਤੋਂ ਲਈ ਗਈ ਸੀ ਕਈ ਹੋਰ ਅਥਾਰਟिटीज ਵੱਲੋਂ ਵੀ ਉਸ ਮੁਕਦਮੇ ਦੇ ਚੱਲਣ ਦੀ ਤਸਦੀਕ ਕੀਤੀ ਗਈ ਸੀ ਹਿਸਟੋਰੀਅਨ ਇਤਿਹਾਸਕਾਰਾਂ ਦੇ ਪੈਨਲਸ ਨੇ ਵੀ ਪ੍ਰਵੜਤਾ ਕੀਤੀ ਸੀ ਕਿ ਵਾਕਈ 1699 ਦੇ ਖਾਲਸਾ ਸਿਰਜਣਾ ਮੌਕੇ ਜਿਹੜੀ ਗਤੀਵਿਧੀਆਂ ਹੋਈਆਂ ਨੋਟ ਕੀਤੀਆਂ ਨੋਟਿਸ ਕੀਤੀਆਂ ਰਿਕਾਰਡ ਕੀਤੀਆਂ ਗਈਆਂ ਉਸ ਦੀ ਨਕਲ ਹੀ ਗੁਰਮੀਤ RAM ਰਹੀਮ ਉਸ ਦਿਨ ਸਲਾਬਤਪੁਰਾ ਦੇ ਡੇਰੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰਦਾ ਪਿਆ ਸੀ ਮੇਰੇ ਵੱਲੋਂ ਅਜ ਤੋਂ ਕੁਝ ਹਫ਼ਤੇ ਪਹਿਲਾਂ ਨਸ਼ਰ ਕੀਤੀ ਗਈ ਉਹ ਰਿਪੋਰਟ ਜਿਸ ਵਿੱਚ 2007 ਤੋਂ ਲੈ ਕੇ 2014 ਤੱਕ ਦਾ ਟਾਈਮ ਲਾਈਨ ਮੈਂ ਤੁਹਾਡੇ ਸਾਹਮਣੇ ਰੱਖਿਆ ਮਈ 2007 ਦੇ ਵਿੱਚ ਡੇਰਾ ਸਲਾਬਤਪੁਰਾ ਵਿਖੇ ਨਕਲ ਦੀ ਉਸ ਘਟਨਾ ਦੇ ਉੱਤੇ ਫੌਜਦਾਰੀ ਮੁਕਦਮੇ ਐਫ ਆਈ ਆਰ ਦਾ ਦਰਜ ਕੀਤਾ ਜਾਣਾ ਇਸ ਮੁਕਦਮੇ ਦੇ ਵਿੱਚ ਵੱਦਾਇ ਜੁਰਮ ਕੀਤਾ ਜਾਣਾ ਪੰਜਾਬ ਦੇ ਰਾਜਪਾਲ ਤੋਂ 295 ਧਾਰਾ ਦੇ ਤਹਿਤ ਮੁਕੱਦਮਾ ਚਲਾਣ ਦੀ ਗੁਰਮੀਤ RAM ਰਹੀਮ ਦੇ ਖਿਲਾਫ ਸੈਂਕਸ਼ਨ ਲਿਆ ਜਾਣਾ ਆਉਂਦੇ 5 ਸਾਲਾਂ ਦੇ ਵਿੱਚ ਕੋਈ ਵੀ ਕਾਰਵਾਈ ਨਾ ਹੋਣਾ ਐਫ ਆਈ ਆਰ ਦੇ ਵਿੱਚ ਇੱਕ ਚਾਰ ਸ਼ੀਟ ਤੱਕ ਦਰਜ ਨਾ ਹੋਣਾ ਤੇ 12 ਦੀਆਂ ਚੋਣਾਂ ਤੋਂ ਮਹਿਜ਼ ਦਿਨ ਜਾਂ 4 ਦਿਨ ਪਹਿਲਾਂ 25 ਜਨਵਰੀ 2012 ਨੂੰ ਕੋਤਵਾਲੀ ਬਠਿੰਡਾ ਦੇ ਪੁਲਿਸ ਅਫਸਰਾਂ ਵੱਲੋਂ ਇਸ ਮੁਕਦਮੇ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਦਾਖਲ ਕਰਨਾ ਮੇਰੀ ਅੱਜ ਇਸ ਰਿਪੋਰਟ ਨੂੰ ਬਣਾਇਆ ਜਾਣ ਦਾ ਕਾਰਨ ਬਹੁਤ ਹੀ ਵੱਖਰਾ ਹੈ ਆਪਣੇ ਪਿਛਲੇ ਕੁਝ ਹਫ਼ਤਿਆਂ ਦੀਆਂ ਰਿਪੋਰਟਸ ਦੇ ਵਿੱਚ ਆਪਾਂ ਤਤਕਾਲੀ ਅਕਾਲੀ ਦਲ ਦੀ ਸਰਕਾਰਾਂ ਵਕਤ ਹੋਈਆਂ ਗਲਤੀਆਂ ਉਹਨਾਂ ਦੀਆਂ ਕਮੀਆਂ ਦੀ ਗੱਲ ਕੀਤੀ ਤੇ ਉਸ ਤੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਲਗਾਤਾਰ ਮੇਰੀਆਂ ਰਿਪੋਰਟਸ ਬਣਦੀਆਂ ਰਹੀਆਂ ਨੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਦੀ ਬੇਦਬੀਆਂ ਸੰਬੰਧੀ ਮੁਕੱਦਮਿਆਂ ਦੇ ਵਿੱਚ ਜਿਹੜੀ ਭੂਮਿਕਾ ਪਿਛਲੇ ਕੁਝ ਸਾਲਾਂ ਦੌਰਾਨ ਰਹੀ ਹੈ ਇਨਫੈਕਟ ਦਸੰਬਰ ਜਨਵਰੀ ਦੇ ਮਹੀਨੇ ਤੋਂ ਹੀ ਮੈਂ ਲਗਾਤਾਰ ਰਿਪੋਰਟਸ ਬਣਾ ਰਿਹਾ ਤੇ ਅਫਸੋਸ ਇਹ ਸੱਚ ਹੈ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਿਆਸੀ ਪਾਰਟੀਆਂ ਨੇ ਉਹਨਾਂ ਵਿਸ਼ਿਆਂ ਨੂੰ ਨਹੀਂ ਚੁੱਕਿਆ ਉਹ ਸਾਰੇ ਵਿਸ਼ੇ ਉਸ ਵਕ ਚੁੱਕੇ ਜਾ ਰਹੇ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਅੰਦਰੂਨੀ ਬਗਾਵਤ ਸਾਹਮਣੇ ਹੈ ਪਾਰਟੀ ਦੇ ਵਿੱਚ ਇਸ ਤਰੀਕੇ ਦਾ ਮੰਥਨ ਚੱਲਦਾ ਪਿਆ ਹੈ ਦੋਸਤੋ ਲੇਕਿਨ ਅੱਜ ਦੀ ਮੇਰੀ ਇਹ ਰਿਪੋਰਟ ਦੋਹੇ ਹੀ ਧਿਰਾਂ ਨੂੰ ਐਡਰੈਸ ਕਰਦੀ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਜੋ ਕਿ ਆਪਣੇ ਆਪ ਨੂੰ ਪੰਥ ਦੀ ਜਮਾਤ ਦੀ ਨੁਮਾਇੰਦਾ ਪਾਰਟੀ ਦੱਸਦੀ ਹੈ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਜਿਸ ਦੇ ਮੁੱਖ ਮੰਤਰੀ ਨੇ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਇਹ ਬਿਆਨ ਦਿੱਤਾ ਕਿ ਅਕਾਲੀ ਦਲ ਦੀ ਸਰਕਾਰਾਂ ਵੇਲੇ ਜੋ ਹੋਇਆ ਉਹ ਗਲਤੀਆਂ ਨਹੀਂ ਬਲਕਿ ਬજર ਗੁਨਾਹ ਸੀ ਤੇ ਉਸ ਦਾ ਇੱਕ ਪੁਲੰਦਾ ਸਰਕਾਰ ਕੋਲ ਤਿਆਰ ਪਿਆ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅੱਜ ਇੱਕ ਬੇਨਤੀ ਕਰਨਾ ਚਾਹਾਂਗਾ ਤੇ ਅਕਾਲੀ ਦਲ ਦੀ ਲੀਡਰਸ਼ਿਪ ਥਰੂ ਐਸਜੀਪੀਸੀ ਜੋ ਕਿ ਇਸ ਮਾਮਲੇ ਯਾਨੀ ਕਿ 2007 ਦੇ ਪੋਸ਼ਾਕ ਲਿਬਾਸ ਜਾਂ ਨਕਲ ਕਾਂਡ ਜਿਸ ਨੂੰ ਆਪਾਂ ਕਹਿੰਦੇ ਆ ਉਸ ਵਿੱਚ ਦੋਹੇ ਤਰ੍ਹਾਂ ਆਪਣੀ ਆਪਣੀ ਭੂਮਿਕਾ ਅਦਾ ਕਰ ਸਕਦੀਆਂ ਨੇ ਇਨ ਦੋਹੇ ਤਰ੍ਹਾਂ ਦਾ ਐਸੇ ਟੈਸਟ ਅੱਜ ਤੋਂ ਕੁਝ ਦਿਨ ਬਾਅਦ ਯਾਨੀ ਕਿ 23 ਅਗਸਤ 2024 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਡਿਵੀਜ਼ਨ ਬੈਂਚ ਦੇ ਸਾਹਮਣੇ ਆਏਗਾ ਇਥੇ ਜਾਣਕਾਰੀ ਥੋੜੇ ਧਿਆਨ ਵਿੱਚ ਲੈਣਾ ਜ਼ਰੂਰੀ ਹੈ ਕਿ 2012 ਵਿੱਚ ਕੋਤਵਾਲੀ ਬਠਿੰਡਾ ਦੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ক্লোਜ਼ਰ ਜਾਂ ਕੈنسਲੇਸ਼ਨ ਰਿਪੋਰਟ ਦਾਖਲ ਕਰਨ ਤੋਂ ਕਈ ਮਹੀਨੇ ਪਹਿਲਾਂ ਹੀ ਕੁਝ ਵਕੀਲਾਂ ਅਤੇ ਧਾਰਮਿਕ ਜਥੇਬੰਦੀ ਦੇ ਆਗੂਆਂ ਨੇ ਅਦਾਲਤਾਂ ਦੇ ਵਿੱਚ ਸ਼ਿਕਾਇਤਾਂ ਦਿੱਤੀਆਂ ਉਹਨਾਂ ਨੂੰ ਸ਼ੱਕ ਤੇ ਖਦਸ਼ਾ ਇਹ ਸੀ ਕਿ ਤਤਕਾਲੀ ਅਕਾਲੀ ਦਲ ਦੀ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਆ ਚੁੱਕਾ ਹੈ ਅਤੇ ਇਸ ਫੌਜਦਾਰੀ ਦੇ ਮੁਕਦਮੇ ਯਾਨੀ ਕਿ ਨਕਲ ਪੋਸ਼ਾ ਕਾਂਡ ਦੇ ਕੇਸ ਨੂੰ ਉਹ ਅੱਗੇ ਵਧਾਣਾ ਨਹੀਂ ਚਾਹਦੇ ਲੇਕਿਨ ਇਹਨਾਂ ਅਦਾਲਤ ਦੇ ਵਿੱਚ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਬਾਵਜੂਦ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਕੈנסਲੇਸ਼ਨ ਰਿਪੋਰਟ ਦਾਖਲ ਹੋਈ ਜਿਸ ਨੂੰ 2 ਸਾਲ ਬਾਅਦ ਬਠਿੰਡਾ ਦੀ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਸਵੀਕਾਰ ਕੀਤਾ ਗਿਆ ਮੰਨਿਆ ਗਿਆ ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਧਿਰਾਂ ਨੇ ਇਸ ਡਿਸਟ੍ਰਿਕਟ ਸੈਸ਼ਨ ਜੱਜ ਬਠਿੰਡਾ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਉਸ ਵਿੱਚ ਖੁਦ ਸ਼ਿਕਾਇਤਕਰਤਾ ਰਜਿੰਦਰ ਸਿੰਘ ਸਿੱਧੂ ਸੀ ਅਤੇ ਉੱਗੇ ਵਕੀਲ ਜਸਪਾਲ ਸਿੰਘ ਮਝਪੁਰ ਅਤੇ ਹਰਦੀਪ ਸਿੰਘ ਮਹਾਰਾਜ ਨਾ ਦੇ ਇੱਕ ਹੋਰ ਆਗੂ ਸਨ ਸਾਲ 2007 ਤੋਂ ਲੈ ਕੇ ਸਾਲ 2009-10 ਦਰਮਿਆਨ ਅਤੇ 2015 ਤੇ 16 ਤੋਂ ਬਾਅਦ ਪੰਜਾਬ ਦੇ ਫਿਰਕੂ ਹਾਲਾਤਾਂ ਨੂੰ ਬਹੁਤ ਹੀ ਤਣਾਅ ਦੇ ਮਾਹੌਲ ਦੇ ਵਿੱਚ ਖੜਾ ਕਰ ਦੇਣ ਵਾਲੇ ਇਸ ਮੂਲ ਮੁੱਦੇ ਯਾਨੀ ਕਿ ਪੋਸ਼ਾਕ ਨਕਲ ਕਾਟ ਦੇ ਅਪਰਾਧਿਕ ਫੌਜਦਾਰੀ ਮੁਕਦਮੇ ਦੀ ਅਪੀਲ ਦੀ ਸੁਣਵਾਈ ਪਿਛਲੇ 10 ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋ ਵੀ ਰਹੀ ਹੈ ਜਾਂ ਨਹੀਂ ਇਸ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਜਾਣਕਾਰੀ ਸੀ ਦੋਸਤੋ 23 ਅਗਸਤ ਨੂੰ ਜਿਹੜੀ ਸੁਣਵਾਈ ਹੋਣੀ ਹੈ ਤੇ ਉਸ ਤੋਂ ਬਾਅਦ ਵੀ ਆਈ ਐਮ ਸ਼ੋਰ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਰ ਤਰੀਖਾਂ ਪੈਣਗੀਆਂ ਇਹਨਾਂ ਸੁਣਵਾਈਆਂ ਦੌਰਾਨ ਪੰਜਾਬ ਦੀ ਮੌਜੂਦਾ ਸਰਕਾਰ ਉਹ ਮੁੱਖ ਮੰਤਰੀ ਭਗਵੰਤ ਮਾਨ ਜੋ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਸਰਕਾਰਾਂ ਵੇਲੇ ਗਲਤੀਆਂ ਨਹੀਂ ਬਲਕਿ ਬਜਰ ਗੁਨਾਹ ਹੋਏ ਉਹ ਮੁੱਖ ਮੰਤਰੀ ਜੋ ਕਿ ਦਾਵਾ ਜੇ ਕਰਦੇ ਪਏ ਨੇ ਕਿ ਤਤਕਾਲੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੇ ਗੁਨਾਹ ਹੋਏ ਬੇਅਦਮੀਆਂ ਦੇ ਕੇਸਾਂ ਦੇ ਸੰਦਰਭ ਵਿੱਚ ਉਸ ਦਾ ਇੱਕ ਪੁਲੰਦਾ ਤਿਆਰ ਕਰਕੇ ਬੈਠੇ ਨੇ ਉਹਨਾਂ ਨੂੰ ਇਸ ਚੀਜ਼ ਦਾ ਇਲਮ ਵੀ ਹੋਣਾ ਚਾਹੀਦਾ ਤੇ ਇਸ ਚੀਜ਼ ਦਾ ਅਹਿਸਾਸ ਵੀ ਹੋਣਾ ਚਾਹੀਦਾ ਹੈ ਕਿ ਕਿਤੇ ਅਕਾਲੀ ਦਲ ਦੇ ਗੁਨਾਹਾਂ ਜਾਂ ਉਹਨਾਂ ਦੀ ਗਲਤੀਆਂ ਦਾ ਪੁਲੰਦਾ ਗਿਣਾਉ ਦੇ ਗੁਨਾਹਾਂ ਦੇ ਉਹਨਾਂ ਦੀ ਆਪਣੀ ਗਲਤੀਆਂ ਜਾਂ ਗੁਨਾਹਾਂ ਦਾ ਪੁਲੰਦਾ ਜਾਂ ਉਸ ਦੀ ਫੈਰਿਸਤ ਅਕਾਲੀ ਦਲ ਦੇ ਸਰਕਾਰ ਵਲੇ ਜੋ ਕੁਝ ਹੋਇਆ ਉਸ ਤੋਂ ਲੰਬੀ ਨਾ ਹੋ ਜਾਏ ਕਿਉਂਕਿ ਦੋਸਤੋ ਗੁਰਮੀਤ RAM ਰਹੀਮ ਦੇ ਖਿਲਾਫ 295 ਯਾਨੀ ਕਿ ਸ਼ੁਰਮਣੀ ਅਕਾਲੀ ਦਲ ਦੀ 2007 ਦੀ ਜਿਹੜੀ ਸਰਕਾਰ ਸੀ ਜਦੋਂ ਪੋਸ਼ਾਕ ਕਾਂਡ ਹੁੰਦਾ ਹੈ ਉਸ ਵਕਤ ਪੰਜਾਬ ਸਰਕਾਰ ਵੱਲੋਂ 295 ਦੀ ਧਾਰਾ ਦੇ ਤਹਿਤ ਮੁਕੱਦਮਾ ਦਰਜ ਕਰਨ ਉਸ ਨੂੰ ਅੱਗੇ ਵਿਧਾਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਗਵਰਨਰ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਲੇਕਿਨ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਿਛਲੇ 22 ਸਾਲਾਂ ਦੌਰਾਨ ਇਹ ਮਨਜ਼ੂਰੀ ਨਹੀਂ ਦਿੱਤੀ ਜਾ ਸਕੀ ਹਾਲਾਂਕਿ ਪੋਸ਼ਾਕ ਮਾਮਲਾ ਵੱਖਰਾ ਸੀ ਤੇ ਇਸ ਕੇਸ ਦੇ ਵਿੱਚ ਬੁਰਜਵਾਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ 2015 ਦਰਮਿਆਨ ਹੋਈਆਂ ਜਿਹੜੀਆਂ ਬੇਦਬੀਆਂ ਦੇ ਮਾਮਲੇ ਸੀ ਉਹਨਾਂ ਮਾਮਲਿਆਂ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਮਲਜ਼ਮ ਬਣਾ ਕੇ ਉਸ ਦੇ ਖਿਲਾਫ 295 ਸੈਕਸ਼ਨ ਦੀ ਸੈਂਸ਼ਨ ਲਈ ਜਾਨੀ ਸੀ ਜੋ ਕਿ ਸਰਕਾਰ ਵੱਲੋਂ ਅਜੇ ਤੱਕ ਨਹੀਂ ਦਿੱਤੀ ਗਈ ਹੈ ਇਸ ਤੋਂ ਇਲਾਵਾ ਚਾਹੇ ਗੱਲ ਹੋਏ ਬਹਿਬਲ ਕਲਾ ਗੋਲੀकांड ਦੀ ਚਾਹੇ ਗੱਲ ਹੋਏ ਬੁਰਜਵਾਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਹੋਈਆਂ ਬੇਦਬੀਆਂ ਦੇ ਮਾਮਲਿਆਂ ਦੀ ਮੁਲਜ਼ਮਾਂ ਦੀ ਗੁਹਾਰਾ ਮੁਲਜ਼ਮਾਂ ਦੀ ਅਪੀਲਾਂ ਪਟੀਸ਼ਨਾਂ ਉੱਤੇ ਮੁਕੱਦਮਿਆਂ ਨੂੰ ਪੰਜਾਬ ਤੋਂ ਬਾਹਰ ਚੰਡੀਗੜ੍ਹ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਪੰਜਾਬ ਸਰਕਾਰ ਉਹਨਾਂ ਮੁਕੱਦਮਿਆਂ ਨੂੰ ਪੰਜਾਬ ਦੇ ਵਿੱਚ ਰੱਖਣ ਦੇ ਵਿੱਚ ਅਸਮਰੱਥ ਰਹੀ ਦੋਸਤੋ ਸਭ ਤੋਂ ਵੱਡੀ ਕਮੀ ਕਮਜ਼ੋਰੀ ਜਾਂ ਫਿਰ ਇਸ ਨੂੰ ਜੇ ਨਲਾਇਕੀ ਵੀ ਕਿਹਾ ਜਾਇਆ ਤਾਂ ਗਲਤ ਨਹੀਂ ਹੋਏਗਾ ਉਹ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਪੱਖੋਂ ਇਹ ਰਹੀ ਕਿ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਫਰੀਦਕੋਟ ਦੀ ਅਦਾਲਤ ਤੋਂ ਤਬਦੀਲ ਹੋਏ ਬੇਅਦਬੀ ਦੇ ਮੁਕਦਮਿਆਂ ਉੱਤੇ ਰੋਕ ਲਾਤੀ ਗਈ ਗੁਰਮੀਤ ਰਾਮ ਰਹੀਮ ਅਤੇ ਹੋਰ ਮੁਲਜ਼ਮਾਂ ਖਿਲਾਫ ਚੱਲਦੇ ਹੋਏ ਮੁਕਦਮੇ ਨੂੰ ਰੋਕਤਾ ਗਿਆ ਇਸ ਤੋਂ ਪਹਿਲੇ ਪੌਣੇ 2 2 ਸਾਲ ਤੱਕ ਸੈਂਕਸ਼ਨ ਗੁਰਮੀਤ ਰਾਮ ਰਹੀਮ ਦੇ ਖਿਲਾਫ ਕਾਮ ਮਾਮਲੇ ਦੇ ਮੁਕਦਮੇ ਨੂੰ ਚਲਾਣ ਦੀ ਹੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਸੋ ਦੋਸਤੋ ਜੇ ਆਪਾਂ ਪਿਛਲੇ 2.5 ਸਾਲ ਦੀ ਪੂਰੀ ਦੀ ਪੂਰੀ ਲਿਸਟ ਉੱਤੇ ਨਜ਼ਰ ਪਾਈਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਵਾਜ਼ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਕੋਲ ਕੁਝ ਕਹਿਣ ਨੂੰ ਦੱਸਣ ਨੂੰ ਹੈ ਨਹੀਂ ਜੇ ਨਾ ਤਾਂ ਇੱਕ ਵੀ ਪ੍ਰਾਪਤੀ ਬਾਰੇ ਪੁੱਛ ਲਿਆ ਜਾਏ ਕਿ ਬੇਦਬੀਆਂ ਦਾ ਉਹ ਬੁਸ਼ਾ ਉਹ ਮੁੱਦਾ ਜਿਸ ਨੂੰ ਤੁਸੀਂ ਸਭ ਤੋਂ ਜ਼ਿਆਦਾ ਅਹਿਮ ਮੰਨਦੇ ਸੀ ਕੇਜਰੀਵਾਲ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕੁਮਰ ਵਿਜੇ ਪ੍ਰਤਾਪ ਵਰਗੇ ਲੀਡਰਾਂ ਨੂੰ ਪਾਰਟੀ ਵਿੱਚ ਲਿਆ ਕੇ ਪੋਸਟਰ ਬாய் ਬਣਾ ਕੇ ਪੂਰੇ ਪੰਜਾਬ ਵਿੱਚ ਪ੍ਰਚਾਰ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਬੇਦਬੀਆਂ ਦੇ ਇਨਸਾਫ ਦੀ ਗੱਲ ਕਰਦੇ ਸੀ ਬੇਦਬੀ ਮਾਮਲਿਆਂ ਦੀ ਪੈਰਵੀ ਦੇ ਵਿੱਚ ਜਿੱਡਾ ਮਾੜਾ ਟਰੈਕ ਰਿਕਾਰਡ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਦਾ ਹੈ ਉਹ ਟਰੈਕ ਰਿਕਾਰਡ ਨੂੰ ਦੇਖ ਕੇ ਤਾਂ ਸ਼ਹਿਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਓਡੀ ਸ਼ਰਮਸਾਰ ਨਾ ਹੁੰਦੀ ਹੋਵੇ ਤੇ ਜੇ ਗੱਲ ਆਪਾਂ ਹੁਣ ਪੋਸ਼ਾਕ ਕਾਂਡ ਦੀ ਕਰੀ یعنی ਕਿ 2007 ਦਾ 17 ਸਾਲ ਪੁਰਾਣਾ ਉਹ ਮੁਕਦਮਾ ਜਿਸ ਦੇ ਵਿੱਚ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਪਿਛਲੇ 10 ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮੁਕਦਮੇ ਦੀ ਪੈਰ ਵੀ ਜਿਹੜੇ ਲੋਕ ਕਰ ਰਹੇ ਨੇ ਉਹ ਤਾਂ ਕਰ ਰਹੇ ਨੇ ਲੇਕਿਨ ਪੰਜਾਬ ਵਿੱਚ ਅਲੱਗ-ਅਲੱਗ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਇਨਫੈਕਟ 2014 ਦੇ ਵਿੱਚ ਹੀ ਇਹ ਮਾਮਲਾ ਹਾਈ ਕੋਰਟ ਵਿੱਚ ਚਲਾ ਗਿਆ ਸੀ لیکن 2014 ਤੋਂ 16 تک ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੀ ਸਰਕਾਰ ਅਤੇ 2022 ਤੋਂ ਲੈ ਕੇ ਹੁਣ 2024 ਪਿਛਲੇ 2.5 ਸਾਲਾਂ ਦੀ ਭਗਵੰਤ ਮਾਨ ਦੀ ਸਰਕਾਰ ਇਹਨਾਂ ਤਿੰਨੋਂ ਪਾਰਟੀਆਂ ਦੀ ਸਰਕਾਰਾਂ ਨੇ हाई कोर्ट ਦੇ ਵਿੱਚ ਇਸ ਮੁਕਦਮੇ ਦੀ ਪੈਰਵੀ ਨੂੰ ਜੇ ਡਟ ਕੇ ਕੀਤਾ ਹੁੰਦਾ ਯਾਨੀ ਕਿ ਸਰਕਾਰਾਂ ਵੱਲੋਂ ਮੁਕਦਮੇ ਦੀ ਪੈਰਵੀ ਕਿਉਂਕਿ ਇੱਕ ਫੌਜਦਾਰੀ ਮੁਕਦਮਾ ਹੈ ਇੱਕ ਕੈנסਲੇਸ਼ਨ ਰਿਪੋਰਟ ਹੈ ਇੱਕ ਸਟੇਟ ਦਾ ਕੇਸ ਹੈ ਜਿਸ ਵਿੱਚ ਗਵਰਨਰ ਦੀ ਮਨਜ਼ੂਰੀ ਤੋਂ ਬਾਅਦ ਇੱਕ ਮੁਕਦਮਾ ਦਰਜ ਕੀਤਾ ਜਾਂਦਾ ਹੈ ਤੇ ਪੁਲਿਸ ਇਹ ਲਿਖ ਕੇ ਦੇ ਦਿੰਦੀ ਹੈ ਜੀ ਕਿ ਉਸ ਦਿਨ ਘਟਨਾ ਹੀ ਨਹੀਂ ਹੋਈ ਜਦੋਂ ਕਿ ਮੁੱਦਾ ਹੀ ਇਸ ਕੇਸ ਦੇ ਵਿੱਚ ਜਿਹੜਾ ਮੁਲਜ਼ਮ ਗੁਰਮੀਤ ਰਾਮ ਰਹੀਮ ਅਦਾਲਤ ਦੇ ਵਿੱਚ ਕਹਿ ਰਿਹਾ ਸੀ ਕਿ ਉਸੇ ਪੋਸ਼ਾਕ ਨੂੰ ਪਾ ਕੇ ਉਹ ਉੱਥੇ ਬੈਠਾ ਸੀ ਹਾਲਾਂਕਿ ਉਸਨੇ ਆਪਣੇ ਵੱਲੋਂ ਅਦਾਲਤ ਦੇ ਵਿੱਚ ਕਿਹਾ ਕਿ ਉਹ ਨਕਲ ਨਹੀਂ ਸੀ ਉਤਾਰਦਾ ਪਿਆ ਲੇਕਿਨ ਉਸ ਘਟਨਾ ਉਸ ਕਾਰਵਾਈ ਤੋਂ ਮੁਨਕਰਤਾ ਗੁਰਮੀਤ ਰਾਮ ਰਹੀਮ ਨਹੀਂ ਸੀ ਹੋਇਆ ਲੇਕਿਨ ਕੋਤਵਾਲੀ ਬਠਿੰਡਾ ਦੇ ਪੁਲਿਸ ਅਫਸਰ ਮੁਨਕਰ ਹੋਏ ਸ਼ਿਰੋਮਣੀ ਅਕਾਲੀ ਦਲ ਦੀ ਤਤਕਾਲੀ ਸਰਕਾਰਾਂ ਮੁਨਕਰ ਹੋਈਆਂ ਉਸ ਤੋਂ ਬਾਅਦ ਦੀ 5 ਸਾਲ ਦੀ ਕਾਂਗਰਸ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਪਿਛਲੇ 22 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਕੁਝ ਕੀਤਾ ਦੋਸਤੋ 23 ਅਗਸਤ ਯਾਨੀ ਕਿ ਹੁਣ ਤੋਂ 2 ਦਿਨ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਜਿੰਦਰ ਸਿੱਧੂ ਜਸਪਾਲ ਮਾਂਝਪੁਰ ਅਤੇ ਹਰਦੀਪ ਸਿੰਘ ਮਹਿਰਾਜ ਇਹ ਮੁੱਦਾ ਹੀ ਤਾਂ ਆਪਣੇ ਮੁਕਦਮੇ ਦੀ ਪੈਰਵੀ ਕਰਨ ਗਈ ਲੇਕਿਨ ਪੰਜਾਬ ਦੀ ਮੌਜੂਦਾ ਸਰਕਾਰ ਦੇ ਵਕੀਲ ਖੜੇ ਹੋ ਕੇ ਕੀ ਕਰ ਰਹੇ ਹੋਣਗੇ ਕਿਉਂਕਿ ਇਸ ਕੇਸ ਦੇ ਵਿੱਚ ਬਾਇ ਡਿਫਾਲਟ ਪਾਰਟੀ ਨੇ ਸਟੇਟ ਦਾ ਪੱਖ ਪੂਰੇ ਨੇ ਤੇ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਉੱਤੇ ਸ਼ਰੋਮਣੀ ਅਕਾਲੀ ਦਲ ਆਖਦੀ ਕਿ ਬਾਦਲ ਅਕਾਲੀ ਦਲ ਦਾ ਜ਼ੋਰ ਚੱਲਦਾ ਹੈ ਅੱਜ ਉਸ ਦੀ ਹੋਣ ਤੇ ਉਸ ਦਾ ਰੋਲ ਇਸ ਮਾਮਲੇ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਇੱਕ ਬਹੁਤ ਵੱਡਾ ਸਵਾਲ ਹੈ ਇਸ ਰਿਪੋਰਟ ਦੇ ਜ਼ਰੀਏ ਐਸਜੀਪੀਸੀ ਅਤੇ ਪੰਜਾਬ ਸਰਕਾਰ ਨੂੰ ਇਸ ਸਲਾਹ ਵੀ ਹੈ ਤੇ ਗੁਜ਼ਾਰਿਸ਼ ਵੀ ਹੈ ਜੇ 2007 ਦੇ ਉਸ ਮੁਕਦਮੇ ਜਿਸ ਨੂੰ ਕਿ ਕਾਲੀ ਦਲ ਦੀ ਕਮੀ ਕਰਕੇ 2012 ਦੇ ਵਿੱਚ ਕੈਂਸਲੇਸ਼ਨ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਦੀ ਉਹਨਾਂ ਦੀ ਸਰਕਾਰ ਨੇ ਵੀ ਇਸ ਮਾਮਲੇ ਦੇ ਵਿੱਚ ਕੋਈ ਖਾਸ ਪੈਰ ਵੀ ਨਹੀਂ ਕੀਤੀ ਜੇ ਆਪਣੀ ਗਲਤੀਆਂ ਤੇ ਭੁੱਲਾਂ ਨੂੰ ਬਖਸ਼ਵਾਣ ਦਾ ਜਾਂ ਉਹਨਾਂ ਤੇ ਮਾਫੀ ਮੰਗਣ ਦਾ ਸ਼ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਥੋੜਾ ਬਹੁਤ ਵੀ ਅਹਿਸਾਸ ਹੈ ਤਾਂ ਮੈਨੂੰ ਲੱਗਦਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਐਸਜੀਪੀਸੀ ਨੂੰ ਇੱਕ ਧਿਰ ਬਣ ਕੇ ਖੜੇ ਹੋਣ ਦੀ ਲੋੜ ਹੈ ਜੋ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਉਹ ਨਹੀਂ ਬਣ ਪਾਈ ਹੈ ਇਸ ਦੇ ਨਾਲ ਹੀ ਪੰਜਾਬ ਦੀ ਸਰਕਾਰ ਦਾ ਇੱਕ ਐਸੈਡ ਟੈਸਟ ਇੱਕ ਵਾਰ ਫੇਰ ਸਾਹਮਣੇ ਆ ਚੁੱਕਾ ਹੈ ਭਗਵੰਤ ਮਾਨ ਦੀ ਸਰਕਾਰ ਪਿਛਲੇ 2.5 ਸਾਲਾਂ ਦੌਰਾਨ ਫੇਲ ਹੋ ਚੁੱਕੀ ਹੈ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਗੁਰਮੀਤ ਰਾਮ ਰਹੀਮ ਦੇ ਖਿਲਾਫ ਸੈਂਕਸ਼ਨ ਤੁਸੀਂ ਨਾ ਦਿਓ ਮੁਕਦਮਿਆਂ ਨੂੰ ਪੰਜਾਬ ਤੋਂ ਬਾਹਰ ਤਬਦੀਲ ਹੋਣ ਤੋਂ ਤੁਸੀਂ ਨਾ ਰੋਕ ਸਕੋ ਹੋਰ ਤਾਂ ਹੋਰ ਬੇਅਦਬੀ ਦੇ ਮੁਕਦਮਿਆਂ ਦਾ ਟ੍ਰਾਇਲ ਰੋਕਤਾ ਜਾਏ ਉਸ ਮਾਮਲੇ ਦੇ ਵਿੱਚ ਜੇ ਤੁਹਾਡਾ ਕਾਨੂੰਨੀ ਪੱਖ ਉਸ ਜਿਆਦਾ ਨਾ ਕਰ ਪਾਏ ਜਾਣ ਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਇਸ ਵੱਡੇ ਪੱਧਰ ਉੱਤੇ ਕੀਤੀਆਂ ਗਈਆਂ ਜਾਂ ਹੋਈਆਂ ਇਹਨਾਂ ਲਾਹ ਪਰਵਾਈਆਂ ਇਹਨਾਂ ਬੇਨਿਜ਼ਮੀਆਂ ਇਹਨਾਂ ਕਮੀਆਂ ਖਾਮੀਆਂ ਉੱਤੇ ਜਿ ਇੱਕ ਇਮੀਡੀਏਟ ਕੋਰਸ ਕਰੈਕਸ਼ਨ ਮੌਜੂਦਾ ਸਰਕਾਰ ਸ਼ੁਰੂ ਨਾ ਕਰ ਪਾਈ ਤਾਂ ਜਿਹੜੀ ਹੋੜ ਲੱਗੀ ਹੋਈ ਹੈ ਇੱਕ ਦੂਸਰੇ ਦੀ ਕਮੀਆਂ ਗਲਤੀਆਂ ਗੁਨਾਹਾਂ ਨੂੰ ਗਿਣਾਉਣ ਦੀ ਖਾਸ ਕਰਕੇ ਅਕਾਲੀ ਦਲ ਦੀ ਸਰਕਾਰਾਂ ਵੇਲੇ ਕੀ ਕੁਝ ਹੋਇਆ ਕੀ ਕੁਝ ਨਹੀਂ ਹੋਇਆ ਉਸ ਹੋੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਪਛੜੇਗੀ ਅੱਗੇ ਨਹੀਂ ਰਹਿ ਪਾਏਗੀ ਕਿਉਂਕਿ ਉਹ ਸਰਕਾਰ ਹੈ ਕਿਉਂਕਿ ਇਸ ਵਾਅਦੇ ਉੱਤੇ ਆਈ ਸੀ ਕਿ ਬੇਦਬੀਆਂ ਦੇ ਮਾਮਲਿਆਂ ਦਾ ਇਨਸਾਫ ਉਹ ਕਰਨਗੇ ਲੇਕਿਨ ਪਿਛਲੇ ਕਾਂਗਰਸ ਦੀ ਸਰਕਾਰ ਦੇ 5 ਸਾਲਾਂ ਬਿਲੇ ਜਿੰਨੀ ਪ੍ਰੋਗਰੈਸ ਵੱਖ-ਵੱਖ ਮੁਕਦਮਿਆਂ ਦੇ ਵਿੱਚ ਹੋਈ ਉਹ ਸਾਰੀ ਪ੍ਰੋਗਰੈਸ ਹੁਣ ਬਹੁਤ ਹੀ ਪਿੱਛੇ ਜਾ ਚੁੱਕੀ ਹੈ ਮੁਕਦਮਿਆਂ ਨੂੰ ਟਾਵਾ ਚੁੱਕੀ ਹੈ ਅਦਾਲਤਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਕੇਸ ਕਮਜ਼ੋਰ ਹੋ ਰਹੇ ਨੇ ਮਦਈਆਂ ਦੀ ਯਾਨੀ ਕਿ ਮੁਲਜ਼ਮਾ ਦੇ ਜਿਹੜੇ ਪੱਖ ਨੇ ਉਹ ਮਜ਼ਬੂਤੀ ਦੇ ਨਾਲ ਅਦਾਲਤਾਂ ਦੇ ਵਿੱਚ ਉੱਪਰ ਕੇ ਆ ਰਹੇ ਨੇ ਸੋ ਮੌਜੂਦਾ ਭਗਵੰਤਬਾਨ ਦੀ ਸਰਕਾਰ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਓਨਰਸ ਹੈ ਐਟ ਦ ਸੇਮ ਪੁਆਇੰਟ ਇਨ ਟਾਈਮ ਕਿਉਂਕਿ ਪੋਸ਼ਾਕ ਅਤੇ ਨਕਲकांड ਸਿੱਖ ਸਮਾਜ ਦੇ ਨਾਲ ਜੁੜਿਆ ਹੋਇਆ ਉਹ ਮੁੱਦਾ ਹੈ ਉਹ ਵਿਸ਼ਾ ਹੈ ਜੋ ਕਿ ਅਪਰਾਧ ਇੱਕ ਇੱਕ ਫੌਜਦਾਰੀ ਮੁਕਦਮੇ ਦੀ ਸ਼ਕਲ ਦੇ ਵਿੱਚ ਅਦਾਲਤਾਂ ਦੇ ਵਿੱਚ ਕਚਹਿਰੀਆਂ ਕੋਟਾਂ ਤੇ ਕੋਤਵਾਲੀਆਂ ਦੇ ਵਿੱਚ गिरਦਾ ਹੋਇਆ ਵੇਖਿਆ ਸੀ ਇਸ ਮੁੱਦੇ ਉੱਤੇ ਪੈਰ ਵੀ ਕਰਨਾ ਇਸ ਮੁੱਦੇ ਦੇ ਉੱਤੇ ਇੱਕ ਮਜ਼ਬੂਤ ਪਾਕ ਅਦਾਲਤ ਦੇ ਵਿੱਚ ਰੱਖਣਾ ਐਸਜੀਪੀਸੀ ਦੀ ਵੀ ਆਪਣੀ ਜ਼ਿੰਮੇਵਾਰੀ ਹੈ ਸੋ ਦੋਵੇਂ ਤੇਰਾ ਦਾ ਟੈਸਟ ਹੈ ਪਿਛਲੇ 10 ਸਾਲਾਂ ਤੋਂ ਇਹ ਦੋਵੇਂ ਤੇਰਾ ਨਾਲ ਪੰਜਾਬ ਸਰਕਾਰ ਤੇ ਨਾਹੀਂ ਐਸਜੀਪੀਸੀ ਇਸ ਵਿਸ਼ੇ ਉੱਤੇ ਕੁਝ ਕਰ ਪਾਈਆਂ ਨੇ ਹੁਣ ਵੇਖਦੇ ਹਾਂ ਕਿ 23 ਅਗਸਤ ਦੀ ਕਾਰਵਾਈ ਤੋਂ ਬਾਅਦ ਅਦਾਲਤਾਂ ਦੇ ਵਿੱਚ ਇਹ ਤੇਰਾ ਕਿਵੇਂ ਵਿਚਰਦੀਆਂ ਨੇ ਕੀ ਇਹਨਾਂ ਦਾ ਵਤੀਰਾ ਤੇ ਕੰਡਕਟ ਰਹਿੰਦਾ ਹੈ ਅੱਜ ਦੀ ਇਸ ਰਿਪੋਰਟ ਨੂੰ ਆਪਾਂ ਇੱਥੇ ਰੋਕਾਂਗੇ ਇਸ ਮੁੱਦੇ ਉੱਤੇ ਤੁਹਾਡੀ ਕੋਈ ਰਾਏ ਹੋਵੇ ਤੁਹਾਡੀ ਕੋਈ ਵਿਚਾਰ ਹੋਵੇ ਤਾਂ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ 23 ਅਗਸਤ ਨੂੰ ਜੋ ਕਾਰਵਾਈ ਹੁੰਦੀ ਹੈ ਉਸ ਉੱਤੇ ਜੇ ਕੋਈ ਅਹਿਮ ਅਪਡੇਟ ਹੋਏਗੀ ਜਾਂ ਉਸ ਤੋਂ ਬਾਅਦ ਦੀਆਂ ਤਰੀਖਾਂ ਦੌਰਾਨ ਵੀ ਅਪਡੇਟਸ ਨੂੰ ਲਗਾਤਾਰ ਲੈ ਕੇ ਹਾਜ਼ਰ ਹੁੰਦਾ ਰਾਵਾਂਗਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਫੇਰ ਇੱਕ ਰਿਪੋਰਟ ਲੈ ਕੇ ਛੇਤੀ ਮਿਲਦੇ ਆਂ